ਪਿੰਡ ਘੁੰਮਣ ਖੁਰਦ ਦਾ ਹੀ ਇੱਕ ਪ੍ਰੇਮੀ ਬਲਦੇਵ ਸਿੰਘ 12ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸ ਪਿੰਡ ਵਿੱਚ ਬਿਜਲੀ ਤਾਂ ਲੱਗੀ ਸੀ ਪਰ ਇਹਨਾਂ ਦੇ ਘਰ ਬਿਜਲੀ ਨਹੀਂ ਸੀ। ਇਹਨਾਂ ਦੇ ਘਰ ਲਾ ਕੇ ਇੱਕ ਹੋਰ ਘਰ ਵਾਲਿਆਂ ਨੇ ਪੈਸੇ ਜਮ੍ਹਾਂ ਕਰਵਾ ਕੇ ਬਿਜਲੀ ਲਗਵਾ ਲਈ। ਉਸ ਪਰਿਵਾਰ ਦਾ ਇੱਕ ਲੜਕਾ ਬਲਦੇਵ ਸਿੰਘ ਹੋਰਾਂ ਦਾ ਜਮਾਤੀ ਸੀ। ਪੜ੍ਹਾਈ ਵਿੱਚ ਬਲਦੇਵ ਸਿੰਘ ਬੜਾ ਹੁਸ਼ਿਆਰ ਸੀ। ਉਸ ਦੇ ਘਰ ਵਾਲਿਆਂ ਇਸ ਨੂੰ ਕਿਹਾ ਕਿ ਤੁਹਾਡੇ ਘਰ ਬਿਜਲੀ ਦਾ ਪ੍ਰਬੰਧ ਨਹੀਂ ਹੈ, ਤੂੰ ਰਾਤ ਸਾਡੇ ਘਰ ਆ ਜਾਇਆ ਕਰ, ਦੋਵੇਂ ਭਰਾ ਇਕੱਠੇ ਬੈਠ ਕੇ ਪੜ੍ਹ ਲਿਆ ਕਰੋ। ਉਹਨਾਂ ਸੋਚਿਆ ਕਿ ਬਲਦੇਵ ਸਿੰਘ ਦੇ ਨਾਲ ਲਾ ਕੇ ਬੱਚਾ ਵੀ ਪੜ੍ਹਾਈ ਵਿੱਚ ਵਧੀਆ ਚੱਲ ਪਵੇਗਾ, ਸੋ ਇਹ ਚੰਗਾ ਜੁੱਟ ਬਣ ਜਾਵੇਗਾ। ਇੱਕ ਦਿਨ ਰਾਤ 9 ਵਜੇ ਦਾ ਵੇਲਾ ਸੀ, ਗਰਮੀਆਂ ਦੇ ਦਿਨ ਸਨ, ਕਿਸੇ ਥਾਂ ਤੋਂ ਬਿਜਲੀ ਦੀ ਤਾਰ ਨੰਗੀ ਰਹਿ ਗਈ। ਜਦੋਂ ਬਲਦੇਵ ਸਿੰਘ ਬੈੱਡ ਸਵਿੱਚ ਨੂੰ ਇੱਕ ਪਾਸੇ ਕਰਨ ਲੱਗਾ ਤਾਂ ਉਸ ਨੰਗੀ ਤਾਰ ਨੂੰ ਉਸਦਾ ਹੱਥ ਲੱਗ ਗਿਆ, ਬੜਾ ਕਰੰਟ ਪਿਆ। ਉਹ ਡਿੱਗ ਗਿਆ, ਨੰਗੀ ਤਾਰ ਵਾਲਾ ਹਿੱਸਾ ਦੁਬਾਰਾ ਉਸਦੀ ਸਾਤੀ 'ਤੇ ਆ ਡਿੱਗਾ, ਦੁਬਾਰਾ ਕਰੰਟ ਲੱਗਣ ਨਾਲ ਬੇਹੋਸ਼ ਹੋ ਗਿਆ। ਉਸ ਘਰ ਦੀ ਇੱਕ ਲੜਕੀ ਨੇ ਬੜੀ ਫੁਰਤੀ ਨਾਲ ਤਾਰ ਪਰੇ ਹਟਾ ਦਿੱਤੀ, ਪਰ ਉਦੋਂ ਤੱਕ ਬਲਦੇਵ ਸਿੰਘ ਦੀ ਸੁੱਧ ਬੁੱਧ ਲਗਭਗ ਜਾ ਚੁੱਕੀ ਸੀ। ਚੀਕ ਚਿਹਾੜਾ ਪੈ ਗਿਆ, ਬਲਦੇਵ ਸਿੰਘ ਦੇ ਘਰ ਵੀ ਖਬਰ ਲੱਗੀ, ਸਾਰਾ ਪਰਿਵਾਰ ਭੱਜਾ ਆਇਆ। ਮਿੱਟੀ ਹੋਏ ਬਲਦੇਵ ਸਿੰਘ ਨੂੰ ਮੋਢਿਆਂ 'ਤੇ ਚੁੱਕਿਆ ਘਰ ਲੈ ਆਏ। ਪਰਿਵਾਰ ਦੇ ਕੁਝ ਦੀ ਜੀ ਦੌੜੇ ਦੌੜੇ ਸੰਤਾਂ ਕੋਲ ਚਲੇ ਗਏ। ਜਾ ਕੇ ਟੋਏ ਵਿੱਚ ਕੁਟੀਆ ਦੇ ਦਰਵਾਜ਼ੇ ਨੂੰ ਖੜਕਾਇਆ, ਉਹਨਾਂ ਅੰਦਰੋਂ ਆਵਾਜ਼ ਦਿੱਤੀ। ਦਰਵਾਜ਼ਾ ਖੋਲ੍ਹ ਕੇ ਅੰਦਰ ਗਏ ਅਤੇ ਰੋਂਦਿਆਂ ਕਰ ਲਾਉਂਦਿਆਂ ਸਾਰੀ ਘਟਨਾ ਦੱਸੀ। ਮਹਾਂਪੁਰਖ ਬਾਬਾ ਜੀ ਅੰਤਰ ਧਿਆਨ ਬੈਠੇ ਸੁਣਦੇ ਰਹੇ, ਫਿਰ ਕੁਝ ਦੇਰ ਚੁੱਪ ਰਹੇ, ਕਹਿਣ ਲੱਗੇ, ਜਾਓ ਘਰ ਨੂੰ, ਉਹ ਠੀਕ ਆ। ਉਸਨੂੰ ਫੜ ਕੇ ਲੈ ਚੱਲੇ ਸਨ, ਮੋੜ ਲਿਆਂਦਾ ਹੈ, ਸਾਡਾ ਬੱਚੂ ਸੀ, ਕਾਲ ਦੇ ਮੂੰਹ 'ਚੋਂ ਕੱਢ ਕੇ ਲਿਆਂਦਾ ਹੈ, ਜਾਓ ਉਹ ਠੀਕ ਹੈ। ਘਰ ਆਏ ਕੁਝ ਦੇਰ ਬਾਅਦ ਬਲਦੇਵ ਸਿੰਘ ਨੇ ਅੱਖਾਂ ਖੋਲੀਆਂ, ਅਗਲੀ ਸਵੇਰ ਬਾਬਾ ਜੀ ਨੂੰ ਘਰ ਬੁਲਾ ਕੇ ਲਿਆਂਦਾ। ਹੋਰ ਵੀ ਜਿਸ ਮਾਈ ਭਾਈ ਸੱਜਣ ਨੂੰ ਪਤਾ ਲੱਗਾ, ਸਭ ਪਤਾ ਲੈਣ ਆਏ। ਸਾਰੀ ਸੰਗਤ ਨੇ ਗੁਰੂ ਕਾ ਲੰਗਰ ਬਣਾ ਕੇ ਛਕਾਇਆ। ਸੰਤਾਂ ਨੇ ਬੜੇ ਪਿਆਰ ਨਾਲ ਲੰਗਰ ਛਕਿਆ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ, ਸਾਸ ਸਾਸ ਪ੍ਰਤਪਾਲੇ।